ਜੂ ਫੋਰਨਿਸ਼ ਪੇਸ਼ ਕਰ ਰਿਹਾ ਹੈ ਪੰਜਾਬੀ ਖਬਰਾਂ। ਥਾਣਾ ਦਸੂਹਾ ਦੇ ਸਾਹਮਣੇ ਕਤਲ ਦਾ ਕੇਸ ਦਰਜ ਕਰਾਉਣ ਆਏ ਲੋਕਾਂ ਨੇ ਉਸ ਵੇਲੇ ਜੀਟੀ ਰੋਡ 'ਤੇ ਜਾਮ ਲਗਾ ਕੇ ਜੰਮ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ, ਜਦੋਂ ਪੁਲਿਸ ਨੇ ਪਰਚਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਮੂਸਲਾਧਾਰ ਵਰਖਾ ਹੋਣ ਦੇ ਬਾਵਜੂਦ ਵੀ ਕਈ ਘੰਟੇ ਇਹ ਜਾਮ ਲੱਗਾ ਰਿਹਾ, ਜਿਸ ਕਾਰਨ ਟ੍ਰੈਫਿਕ ਕਾਫੀ ਪ੍ਰਭਾਵਿਤ ਹੋਇਆ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮੌਜਪੁਰ ਦਾ ਰਹਿਣ ਵਾਲਾ ਵਿਅਕਤੀ ਜਗੀਰ ਸਿੰਘ, ਜਿਸ ਦੀ ਮੌਤ ਹੋ ਗਈ ਸੀ, ਪਰਿਵਾਰ ਵਾਲਿਆਂ ਨੂੰ ਸ਼ੱਕ ਹੈ ਕਿ ਪਿੰਡ ਦੇ ਕੁਝ ਵਿਅਕਤੀਆਂ ਨੇ ਉਸਦਾ ਕਤਲ ਕੀਤਾ ਹੈ। ਸਵੇਰ ਦੇ ਇੱਥੇ ਬੈਠੇ ਆ। ਅੱਛਾ ਜੀ, ਸਰ ਖਰਚਾ ਨੀ ਕੱਟ ਰਹੇ ਚੋਰ ਕੀ ਕਹਿੰਦੇ ਆ? ਐਸਾ ਸਰ ਪੈਸੇ ਖਾਧੇ ਆ, ਕਾਰਵਾਈ ਨਹੀਂ ਕਰ ਰਿਹਾ। ਤੇ ਤੁਸੀਂ ਕੀ ਹੁਣ ਕੀ ਹੈ ਕੀ ਕਰਦੇ ਆ ਯਾਰ? ਤੁਹਾਨੂੰ ਪਰਚਾ ਕੱਟੇ ਸਾਫ ਮਿਲੇ। ਅੱਛਾ, ਸਾਡਾ ਬੰਦਾ ਸਤਿਕਾਰ ਨਹੀਂ ਕਰਨਾ ਜਿੰਨਾ ਚਿਰ ਪਰਚਾ ਨਹੀਂ ਜੇ ਪਰਚਾ ਨਹੀਂ ਹੁੰਦਾ ਸਾਡੇ ਸਤਿਕਾਰ ਨਹੀਂ ਹੋਏਗਾ। ਨਹੀਂ ਹੋਏਗਾ ਜੀ, ਨਹੀਂ ਹੋਏਗਾ। ਨਾਮ ਜੀ? ਅਮਰਜੀਤ ਸਿੰਘ। ਠੀਕ ਆ ਜੀ। ਆਉਣ ਵਾਲੀ ਸਾਹਿਬ ਜੀ ਰਹੋਗੇ ਤੁਸੀਂ? ਹਾਂਜੀ।